ਦਾ ਜੋ ਟੌਪਿਕ ਕੈਨੇਡਾ ਸੁਪਰ ਵੀਜ਼ਾ ਨੂੰ ਲੈ ਕੇ ਹੈ, ਸੁਪਰ ਵੀਜ਼ਾ ਨੂੰ ਲੈ ਕੇ ਵੀ ਅਕਸਰ ਕਨਫਿਊਜ਼ਨ ਜਿਹੜੀ ਦੇਖਣ ਨੂੰ ਮਿਲਦੀ ਹੈ। ਬਹੁਤ ਸਾਰੇ ਇਦਾਂ ਦੇ ਵੀ ਐਪਲੀਕੈਂਟ ਆਉਂਦੇ ਨੇ ਜੋ ਸੁਪਰ ਵੀਜ਼ਾ ਲਈ ਐਲੀਜੀਬਲ ਨਹੀਂ ਆਉਂਦੇ, ਬਟ ਕਿਉਂਕਿ ਉਹਨਾਂ ਨੂੰ ਉਸਦਾ ਮਤਲਬ ਨਹੀਂ ਪਤਾ ਹੁੰਦਾ ਤਾਂ ਉਹ ਆ ਕੇ ਕਹਿ ਦਿੰਦੇ ਨੇ ਕਿ ਅਸੀਂ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਹਾਂ ਜਾਂ ਨਹੀਂ। ਬੇਸਿਕਲੀ ਸੁਪਰ ਵੀਜ਼ਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਲਈ ਹੁੰਦਾ ਜਿਨ੍ਹਾਂ ਦੇ ਬੱਚੇ ਜਾਂ ਪੋਤਾ ਪੋਤੀ ਕੈਨੇਡਾ ਦੇ ਵਿੱਚ PR ਨੇ, ਐਂਡ ਉਹ ਜਿਹੜਾ ਲੋ ਮਿਨੀਮਮ ਇਨਕਮ ਜਿਹੜੀ ਉਹਨਾਂ ਦੀ ਮੀਟ ਕਰਦੀ ਹੈ ਸੁਪਰ ਵੀਜ਼ਾ ਦੇ ਲਈ, ਲੋ ਇਨਕਮ ਕੱਟ ਆਫ ਜਿਹਨੂੰ ਬੋਲਦੇ ਨੇ, ਤਾਂ ਉਹ ਅਪਲਾਈ ਕਰ ਸਕਦੇ ਨੇ। ਸੋ ਸੁਪਰ ਵੀਜ਼ਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੇ ਲਈ ਹੁੰਦਾ ਜਿਨ੍ਹਾਂ ਦੇ ਬੇਟਾ ਬੇਟੀ ਜਾਂ ਪੋਤਾ ਪੋਤੀ ਕੈਨੇਡਾ ਦੇ ਵਿੱਚ PR ਨੇ, ਉਹ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ੇ 'ਤੇ ਆਪਣੇ ਕੋਲ ਬੁਲਾ ਸਕਦੇ ਨੇ। ਪਹਿਲਾਂ ਜਿਹੜਾ ਸੁਪਰ ਵੀਜ਼ੇ ਦੀ ਜਿਹੜੀ ਲੈਂਥ ਹੈ ਉਹ ਮਿਨੀਮਮ 2 ਈਅਰ ਦੀ ਹੁੰਦੀ ਸੀਗੀ, 2 ਈਅਰ ਤੱਕ ਸਟੇ ਕਰ ਸਕਦੇ ਸਨ, ਜੋ ਪਿੱਛੇ ਜੇ ਗਵਰਨਮੈਂਟ ਨੇ ਵਧਾ ਕੇ 5 ਸਾਲ ਦੀ ਕਰ ਦਿੱਤੀ ਹੈ। ਹੁਣ ਸੁਪਰ ਵੀਜ਼ਾ 'ਤੇ ਜੋ ਵੀ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕੈਨੇਡਾ ਜਾਂਦੇ ਨੇ ਉਹ 7 ਸਾਲ ਤੱਕ ਕੈਨੇਡਾ ਜਿਹੜੇ ਉਹ ਸੋਰੀ 5 ਸਾਲ ਤੱਕ ਕੈਨੇਡਾ ਉਹ ਰਹਿ ਸਕਦੇ ਨੇ, ਇਨ ਕੇਸ ਉਹਨਾਂ ਕੋਲ ਵੀਜ਼ਾ ਐਕਸਟੈਂਸ਼ਨ ਪਾ ਕੇ ਟੋਟਲ 7 ਸਾਲ ਤੱਕ ਵੀ ਆਪਣੀ ਸਟੇ ਕਰ ਸਕਦੇ ਨੇ। ਸੋ ਹੁਣ ਸੁਪਰ ਵੀਜ਼ਾ ਦੇ ਐਲੀਜੀਬਿਲਿਟੀ ਕ੍ਰਾਈਟੀਰੀਆ ਕੀ ਹੈ ਜਾਂ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਸੁਪਰ ਵੀਜ਼ਾ ਦੇ ਲਈ ਚਾਹੀਦੇ ਨੇ, ਸੋ ਸੁਪਰ ਵੀਜ਼ਾ ਦੀ ਅਗਰ ਦੇਖਿਆ ਜਾਵੇ 70-80% ਜਿਹੜੀ ਐਪਲੀਕੇਸ਼ਨ ਆ ਉਹ ਸਪੋਂਸਰ ਦੀ ਦੇਖੀ ਜਾਂਦੀ ਹੈ, ਮਤਲਬ ਜੋ ਪਰਸਨ ਕੈਨੇਡਾ ਦੇ ਵਿੱਚ ਇਨਵਾਈਟ ਕਰ ਰਿਹਾ, ਚਾਹੇ ਤੁਹਾਡਾ ਬੇਟਾ ਬੇਟੀ ਹੈ ਜਾਂ ਪੋਤਾ ਪੋਤੀ ਹੈ, ਜ਼ਿਆਦਾਤਰ ਜਿਹੜੀ ਐਪਲੀਕੇਸ਼ਨ ਉਹਨਾਂ ਦੀ ਦੇਖੀ ਜਾਊਗੀ। ਸੋ ਸਭ ਤੋਂ ਜ਼ਰੂਰੀ ਜਿਹੜਾ ਇਹਦੇ ਵਿੱਚ ਹੁੰਦਾ ਉਹ ਇਨਕਮ ਹੁੰਦੀ ਹੈ ਕਿ ਕਿੰਨੇ ਬੰਦੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਅਤੇ ਉਹਨਾਂ ਦੀ ਇਨਕਮ ਕਿੰਨੀ ਹੈ। ਸੋ ਫੈਮਿਲੀ ਯੂਨਿਟ ਦੀ ਗੱਲ ਕਰੀਏ, ਅਗਰ ਇੱਕ ਮੈਂਬਰ ਇੱਕ ਪਰਸਨ ਫੈਮਿਲੀ ਦੇ ਵਿੱਚ ਹੈ ਤਾਂ ਮਿਨੀਮਮ ਇਨਕਮ ਜਾਂ ਆਪਾਂ ਕਹਿ ਦਈਏ ਲੋਅ ਇਨਕਮ ਕੱਟ ਆਫ ਜਿਹੜਾ ਉਸਦਾ ਹੈ ਉਹ $24,949 ਹੋਣਾ ਚਾਹੀਦਾ। 2 ਪਰਸਨ ਅਗਰ ਕੈਨੇਡਾ ਦੇ ਵਿੱਚ ਨੇ ਤਾਂ ਉਹਨਾਂ ਦਾ ਜਿਹੜਾ 31,061 ਜਿਹੜੀ ਇਨਕਮ ਹੋਣੀ ਚਾਹੀਦੀ ਹੈ। 3 ਪਰਸਨ 'ਤੇ ਜਿਹੜਾ ਹੈਗਾ 38,185, 4 ਪਰਸਨ 'ਤੇ 46,362, 5 ਪਰਸਨ 'ਤੇ 52,583, 6 ਪਰਸਨ 'ਤੇ 59,304, 7 ਪਰਸਨ 'ਤੇ 66,027। ਉਸ ਤੋਂ ਬਾਅਦ ਜਿੰਨੇ ਵੀ ਪਰਸਨ ਜਿਹੜੇ ਐਡ ਹੁੰਦੇ ਨੇ ਤਾਂ$6,723 ਪਰ ਪਰਸਨ ਜਿਹੜਾ ਉਹ ਆਉਂਦਾ। ਸੋ ਸਭ ਤੋਂ ਜਿਹੜਾ ਜ਼ਰੂਰੀ ਜਿਹੜਾ ਕੈਨੇਡਾ ਦੇ ਲਈ ਜਿਹੜਾ ਹੁੰਦਾ ਗਾ ਉਹ ਲੋ ਸੁਪਰ ਵੀਜ਼ਾ ਦੇ ਲਈ ਲੋ ਇਨਕਮ ਕੱਟ ਆਫ ਹੁੰਦਾ। ਸੋ ਉਸ ਤੋਂ ਇਲਾਵਾ ਇਹ ਇਨਕਮ ਦੇ ਪਰੂਫ ਨੂੰ ਐਜ਼ ਆ ਤੁਸੀਂ ਨੋਟਿਸ ਆਫ ਅਸੈਸਮੈਂਟ ਐਪਲੀਕੇਸ਼ਨ ਦੇ ਵਿੱਚ ਲਗਾ ਕੇ ਆਪਣੀ ਇਨਕਮ ਨੂੰ ਜਸਟੀਫਾਈ ਕਰ ਸਕਦੇ ਹੋ। ਸੋ ਨਾਲ ਨਾਲ ਤੁਹਾਡੀ ਜੋਬ ਤੁਸੀਂ ਕੀ ਕਰਦੇ ਹੋ ਜੋਬ ਲੈਟਰ ਵੀ ਇਸ ਦੇ ਵਿੱਚ ਜ਼ਰੂਰੀ ਹੁੰਦਾ, T4, T1 ਵੀ ਤੁਸੀਂ ਲਗਾ ਸਕਦੇ ਹੋ ਉਹ ਵੀ ਜ਼ਰੂਰੀ ਹੈ, ਐਂਡ ਤੁਹਾਡੀ ਬੈਂਕ ਅਕਾਊਂਟ ਸਟੇਟਮੈਂਟਸ ਵੀ ਤੁਸੀਂ ਇਸਦੇ ਵਿੱਚ ਲਾ ਸਕਦੇ ਹੋ। ਸੋ ਇੱਕ ਇਨਵੀਟੇਸ਼ਨ ਲੈਟਰ ਵੀ ਨਾਲ ਲਗਾਉਣਾ ਜ਼ਰੂਰੀ ਹੁੰਦਾ। ਸੋ ਉਸਦੇ ਵਿੱਚ ਆਪਾਂ ਦੇਖ ਸਕਦੇ ਹਾਂ ਕੋਈ ਵੀ ਪਰਸਨ ਜੋ ਕੈਨੇਡਾ ਦੇ ਵਿੱਚ ਤੁਸੀਂ ਇਨਵਾਈਟ ਕਰ ਰਹੇ ਹੋ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ, ਸਭ ਤੋਂ ਪਹਿਲਾਂ ਤੁਹਾਡਾ ਪਾਸਪੋਰਟ, ਅਗਰ ਕੈਨੇਡੀਅਨ ਸਿਟੀਜ਼ਨ ਹੋ ਤਾਂ ਕੈਨੇਡੀਅਨ ਪਾਸਪੋਰਟ ਲੱਗੇਗਾ, ਅਗਰ ਇੰਡੀਅਨ ਹੋ ਤਾਂ ਇੰਡੀਅਨ ਪਾਸਪੋਰਟ, ਨਾਲ ਨਾਲ ਤੁਹਾਡਾ PR ਕਾਰਡ ਲੱਗਿਆ। ਉਸ ਤੋਂ ਬਾਅਦ ਤੁਹਾਡੇ ਨੋਟਿਸ ਆਫ ਅਸੈਸਮੈਂਟ ਜੋ ਲੋਅ ਇਨਕਮ ਕੱਟ ਆਫ ਤੁਹਾਡੀ ਦਿਖਾਉਂਦੇ ਆ ਵੀ ਕੀ ਤੁਸੀਂ ਐਜ਼ ਪਰ ਲੋਅ ਇਨਕਮ ਕੱਟ ਆਫ ਤੁਸੀਂ ਐਲੀਜੀਬਲ ਹੋ ਸੁਪਰ ਵੀਜ਼ਾ ਦੇ ਲਈ। 3rd ਤੁਹਾਡਾ ਜੋਬ ਲੈਟਰ, ਕਿੱਥੇ ਤੁਸੀਂ ਜੋਬ ਕਰਦੇ ਹੋ ਉਸਦਾ ਪਰੂਫ ਤੁਹਾਨੂੰ ਦੇਣਾ ਪੈਂਦਾ। ਉਸ ਤੋਂ ਬਾਅਦ ਤੁਹਾਡੀ ਬੈਂਕ ਸਟੇਟਮੈਂਟ ਅਗਰ ਤੁਸੀਂ ਲਗਾ ਸਕਦੇ ਹੋ ਉਹ ਵੀ ਬੈਟਰ ਹੈ, ਐਂਡ ਨਾਲ ਨਾਲ T4 ਵੀ ਅਗਰ ਤੁਸੀਂ ਲਗਾਓਗੇ ਉਹ ਵੀ ਤੁਹਾਡੀ ਐਪਲੀਕੇਸ਼ਨ ਸਟਰੋਂਗ ਕਰਦਾ। ਸੋ ਉਸ ਤੋਂ ਬਾਅਦ ਜੋ ਐਪਲੀਕੈਂਟ ਨੇ ਇੰਡੀਆ ਤੋਂ ਜੋ ਆਪਣਾ ਕੇਸ ਅਪਲਾਈ ਕਰ ਰਹੇ ਨੇ ਉਹਨਾਂ ਦੀ ਅਗਰ ਗੱਲ ਕਰੀਏ, ਉਹਨਾਂ ਦਾ ਪਾਸਪੋਰਟ, ਉਹਨਾਂ ਦੀ ਫੋਟੋ, ਫਾਈਨੈਂਸ਼ੀਅਲ ਡਾਕੂਮੈਂਟ ਅਗਰ ਲਗਾ ਸਕਦੇ ਹੋ ਤਾਂ ਬੈਟਰ ਆ, ਉਸ ਦੇ ਨਾਲ ਤੁਹਾਡੀ ਐਪਲੀਕੇਸ਼ਨ ਨੂੰ ਸਪੋਰਟ ਮਿਲਦੀ ਹੈ। ਸਭ ਤੋਂ ਜ਼ਰੂਰੀ ਜਿਹੜਾ ਸੁਪਰ ਵੀਜ਼ੇ ਦੇ ਵਿੱਚ ਹੁੰਦਾ ਉਹ ਮੈਡੀਕਲ ਹੁੰਦਾ, ਕਿਉਂਕਿ ਇਸ ਦੇ ਵਿੱਚ ਲੰਮੀ ਸਟੇ ਆ, 6 ਮੰਥ ਤੋਂ ਜ਼ਿਆਦਾ ਤੁਸੀਂ ਕੈਨੇਡਾ ਸਟੇ ਕਰਨੀ ਆ ਤਾਂ ਮੈਡੀਕਲ ਦਾ ਹੋਣਾ ਵੀ ਲਾਜ਼ਮੀ ਹੁੰਦਾ। ਐਂਡ ਉਸ ਤੋਂ ਜਿਹੜੀ ਅੱਜ ਕੱਲ੍ਹ ਜਿਹੜੀ ਪ੍ਰੋਬਲਮ ਜਿਸ ਚੀਜ਼ ਨੂੰ ਲੈ ਕੇ ਆ ਰਹੀ ਆ ਸੁਪਰ ਵੀਜ਼ੇ 'ਚ, ਪਿੱਛੇ ਜੇ ਰਿਫਿਊਜ਼ਲ ਵੀ ਜਿਹੜੀ ਆਈ ਆ ਉਹ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਆ। ਸੋ ਇਸ ਤੋਂ ਪਹਿਲਾਂ ਜਦੋਂ 2 ਸਾਲ ਤੱਕ ਦੀ ਸਟੇ ਹੁੰਦੀ ਸੀ ਜਿਹੜਾ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦਾ ਹੈਲਥ ਇੰਸ਼ੋਰੈਂਸ ਹੁੰਦਾ ਸੀ ਉਸਨੂੰ ਤੁਸੀਂ ਇੰਸਟਾਲਮੈਂਟ ਦੇ ਵਿੱਚ ਪੇ ਕਰ ਸਕਦੇ ਸੀਗੇ। ਸੋ ਜਦੋਂ ਤੋਂ ਉਹਨਾਂ ਦੀ ਸਟੇ ਵਧਾਈ ਆ ਤਾਂ ਉੱਥੇ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਵੀ ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਨੇ, ਹੁਣ ਤੁਸੀਂ ਜਿਹੜਾ ਹੈਲਥ ਇੰਸ਼ੋਰੈਂਸ ਦੀ ਪੇਮੈਂਟ ਹੈ ਉਹ ਇੰਸਟਾਲਮੈਂਟ ਦੇ ਵਿੱਚ ਨਹੀਂ ਪੇ ਕਰ ਸਕਦੇ, ਤੁਹਾਨੂੰ ਪਹਿਲਾਂ ਹੀ ਸਾਰੀ ਪੇ ਕਰਕੇ ਮਤਲਬ ਕਿ ਫਾਈਨਲ ਅਮਾਊਂਟ ਪੇ ਕਰਕੇ ਹੀ ਹੈਲਥ ਇੰਸ਼ੋਰੈਂਸ ਕਰਵਾਉਣਾ ਪਏਗਾ, ਕੋਈ ਵੀ ਉਸਦੀ ਅਮਾਊਂਟ ਜਿਹੜੀ ਤੁਸੀਂ ਇੰਸਟਾਲਮੈਂਟ ਦੇ ਵਿੱਚ ਨਹੀਂ ਪਵਾ ਸਕਦੇ। ਸੋ ਇਹ ਮੇਨ ਡਾਕੂਮੈਂਟ ਜੋ ਸਪੋਂਸਰ ਦੇ ਵੀ ਐਂਡ ਐਪਲੀਕੈਂਟ ਦੇ ਵੀ ਸੁਪਰ ਵੀਜ਼ਾ ਦੇ ਲਈ ਚਾਹੀਦੀ ਹੁੰਦੀ ਆ। ਸਟੇ ਮੈਂ ਆਲਰੇਡੀ ਦੱਸ ਚੁੱਕਿਆ ਜਿਹੜੀ ਇਸ ਦੇ ਵਿੱਚ 5 ਸਾਲ ਤੱਕ ਤੁਸੀਂ ਜਿਹੜਾ ਕੈਨੇਡਾ ਦੇ ਵਿੱਚ ਰਹਿ ਸਕਦੇ ਹੋ।
एंड जेड़ा प्रोसैसिंग टाइम अगर सुपर वीजे का देखिए वह विजिटर वीजे जिन्ना ही है, एक महीने तो लैके 3-4 महीने तक का टाइम सुपर वीजे के लग रहा। बट विजिटर वीजे के जी एलिजिबिलिटी है वह ज़्यादा इनकम एंड फंड्स में लैके जो कि मेन एप्लीकेंट अपलाई कर रहा उसके है। बट सुपर वीजे के जी ज़्यादातर डॉक्यूमेंट जो परसन कैनेडा के इनवाइट कर रहा उसके देखे जाते। सो नैक्सट टाइम सुपर वीजा अपलाई करने तो पहले इस वीडियो को ध्यान न सुनो एंड इसके अकॉर्डिंग ही अपना केस अपलाई करो। धन्यवाद।